ਇਸੀ ਕਰਨੇ ਉਹਨਾਂ ਸਾ ਕਿ ਹਰ ਬੰਦੇ ਦੀ ਸ਼ਾਦੀ ਦਿਖਾਣੇ ਵਿੱਚ ਉਹ ਗਲਤੀਆਂ ਕਰਦਾ ਪਰ ਉਹਨੇ ਇੰਨਾ ਕੋ ਅੱਛਾ ਖਾਣਾ ਖਵਾਇਆ ਨਾ ਕਿ ਉਹਨੇ ਸਾਰੇ ਤੋਂ ਨੇ ਧੋ ਦਿੱਤੇ ਨੇ ਸਾਰਿਆਂ ਤੋਂ ਪਹਿਲੇ ਜੀ ਕੀ ਨਾਂ ਲਈਦਾ ਉਹ ਆਇਆ ਚਿਕਨ ਕਾਂਟ ਸੂਪ ਇਹ ਇੰਨਾ ਕੋਦੇ ਵਿੱਚ ਚਿਕਨ ਸਿਨਾ ਕਿ ਹਰ ਛੁਰੂਪ ਦੇ ਵਿੱਚ 5 5 6 6 ਬੋਟੀਆਂ ਆ ਰਹੀਆਂ ਸਨ ਤੇ ਉਹਦੇ ਦੇ ਵੀ ਪਾਊਡਰ ਕਰਕੇ ਨਾ ਬਰੀਕ ਉਹ ਡਰਾਈ ਫਰੂਟ ਦਾ ਸੁਟਿਆ ਹੋਇਆ ਨਾਲੇ ਜੇ ਟੇਬਲਾਂ ਦੇ ਉੱਤੇ ਤੁਹਾਨੂੰ ਸਾਰਾ ਕੁਝ ਮਿਲਿਆ ਕੋਈ ਸਟਾਰਟਰ ਦੇ ਵਿੱਚ ਸੰਜਮੂ ਪ੍ਰਾਨ ਤੇ ਕਾਫੀ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਕਿ ਕੀ ਹੁੰਦੇ ਨੇ ਮੈਂ ਕਿਹਾ ਬਈ ਖਾਓ ਚੰਗੇ ਹੁੰਦੇ ਨੇ ਆਹ ਸਰਦੀ ਦੇ ਵਿੱਚ ਤੇ ਹੋਰ ਵੀ ਚੰਗਾ ਗਰਮ ਕਰਦੇ ਨੇ ਬਈ ਉਹ ਵੀ ਬਹੁਤ ਆਲਾਸਨ। ਉਹ ਜੀ ਬਾਰਬੀਕਿਊ ਇੰਨਾ ਕੋ ਪਰਫੈਕਟ ਪਕਿਆ ਹੋਇਆ ਸੀ ਨਾ ਮੇਰਾ ਖਿਆਲ ਹੈ ਮੈਂ ਬਚਪਨ ਤੋਂ ਬਾਅਦ ਹੋਣਾ ਹੀ ਦਾ ਬਾਰਬੀਕਿਊ ਖਾਦਾ ਲਾਸਟ ਟਾਈਮ ਮੈਂ ਗੁਜਰਾਵਾਲਾ ਚੇ ਤੇ ਮਿਰਚ ਮਸਾਲਾ ਬਿਲਕੁਲ ਮناسب ਫਿਰ ਜੀ ਅੱਲਾ ਤੁਹਾਡਾ ਭਲਾ ਕਰੇ ਚਾਂਪਾ ਉਹ ਵੀ ਨਿੱਕੇ ਕੀਮੇ ਦੇ ਵਿੱਚ ਪੱਕੀਆਂ ਹੋਈਆਂ ਉਫ ਯਾਨੀ ਕਿ ਗੋਸ਼ਤ ਦੇ ਵਿੱਚ ਗੋਸ਼ਤ ਪਿਆ ਹੋਇਆ ਕਾਜੂ ਤੇ ਲੱਗ ਰਿਹਾ ਸੀ ਉਹਨੂੰ ਕਿਸੇ ਨੇ ਮੁਫਤ ਹੀ ਦਿੱਤੇ ਹੋਏ ਨੇ ਹਰ ਸ਼ਹਿਦ ਵਿੱਚ ਰੱਜ ਰੱਜ ਪਾਏ ਹੋਏ ਸਨ ਚਿਕਨ ਦੀ ਵੀ ਇੱਕ ਡਿਸ਼ ਹੈ ਸੀ ਔਰ ਜੈਲਫਰੇਜੀ ਟਾਈਪ ਕਰਕੇ ਉਹਨੇ ਬਣਾਇਆ ਪਤਾ ਕੁਝ ਲੋਕ ਨਹੀਂ ਵੀ ਗੋਸ਼ਤ ਖਾਂਦੇ ਮਤਲਬ ਉਹਨੇ ਹਰ ਬੰਦੇ ਵਾਸਤੇ ਕੁਛ ਨਾ ਕੁਛ ਰੱਖਿਆ ਹੋਇਆ ਸੀ ਨਾਲ ਜੀ ਫਿੰਗਰ ਫਿਸ਼ ਕ੍ਰਿਸਪੀ ਉਤੋਂ ਅੰਦਰੋਂ ਨਰਮ ਬੋਤਲਾਂ ਦੇ ਕ੍ਰੇਟ ਹਰ ਟੇਬਲ ਦੇ ਉੱਤੇ ਬਾਰ 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 ਇਹ ਕਿਸਮਾਂ ਦੇ ਉੱਤੇ ਸੈਲਡ ਉਹ ਬੀਨਸ ਵਾਲੇ ਵੀ ਤੇ ਉਹ ਚਣਿਆਂ ਵਾਲੇ ਵੀ ਤੇ ਦੂਜੇ ਤੀਜੇ ਰੈਸ਼ੀਅਨ ਹਰ ਕਿਸਮ ਦਾ ਕੋਨੇ ਦੇ ਵਿੱਚ ਤੰਦੂਰੀ ਬਲੀ ਹੋਈ ਉਹਦੇ ਵਿੱਚੋਂ ਗਰਮ ਗਰਮ ਰੋਟੀਆਂ ਤੇ ਨਾ ਤੇ ਜੀ ਗਾਰਲਿਕ ਤੇ ਕਲੋਂਜੀ ਤੇ ਚੀਜ਼ ਯੂ ਨੇਮ ਇਟ ਤੇ ਉਹ ਨਾਨ ਉੱਥੇ ਸੀ ਮੈਂ ਤੇ ਕੋਲੀ ਖਲੋ ਗਿਆ ਮੈਂ ਕਿਹਾ ਯਾਰ ਗਰਮ ਗਰਮ ਕੱਢੀ ਜਾ ਪਤਾ ਹੀ ਨਹੀਂ ਲੱਗਾ ਬੰਦਾ ਕਿੰਨਾ ਕੋ ਖਾ ਗਿਆ ਸਵੀਟ ਡਿਸ਼ਾਂ ਹੁਣ ਤੁਸੀਂ ਜ਼ਰਾ ਕਾਊਂਟ ਕਰਨੀਆਂ ਸ਼ੁਰੂ ਕਰੋ ਗੁਲਾਬ ਜਾਮਨ ਕਿਆ ਹੀ ਆਲਾ ਸ਼ੀਰਾ ਸੀ ਨਾਲ ਰਸ ਮਲਾਈ ਪੇਠੇ ਦਾ ਹਲਵਾ ਤੇ ਨਾਲ ਗਾਜਰ ਦਾ ਹਲਵਾ ਤੇ ਉਹਦੇ ਵਿੱਚ ਖੋਇਆ ਕਿਹੜੀ ਮਿੱਠੀ ਚਟਨੀ ਹੁੰਦੀ ਹੈ ਆਲੂ ਬੁਖਾਰੇ ਦੀ ਬਈ ਮੈਂ ਕਹਿਣਾ ਵਾਂ ਕੀ ਚਟਨੀ ਸੀ ਲੋਕਾਂ ਨੇ ਚਮਚਿਆਂ ਦੇ ਨਾਲ ਖਾਦੀ ਉਸ ਤੋਂ ਬਾਅਦ ਜੀ ਕਸ਼ਮੀਰੀ ਚਾਹ ਸਹੀ ਨਸਲੀ ਵਾਲੀ ਉਹ ਫਿੱਟ ਫਿੱਟ ਕੇ ਬਣੀ ਹੋਈ ਵਿੱਚ ਜੀ ਬਦਾਮਾਂ ਤੇ ਗਿਰੀਆਂ ਹਰ ਸਿਪ ਦੇ ਵਿੱਚ ਤੁਹਾਨੂੰ ਬਦਾਮ ਹੀ ਬਦਾਮ ਆ ਰਹੇ ਸਨ ਅਸੀਂ ਜੀ ਤਿੰਨ ਤਿੰਨ ਚਾਰ ਚਾਰ ਕੱਪ ਕਹਿਵੇ ਦੇ ਪੀਤੇ ਫਿਰ ਜਾ ਕੇ ਕਿਧਰੇ ਸਾਹ ਨਿਕਲਿਆ ਦਿਲ ਘਬਰਾ ਰਿਹਾ ਮੇਰਾ ਅਸਰ ਮੇਰੇ ਬੀਬੀ ਚੈੱਕ ਕਰੀ ਦੇ ਵਾਈਲਾ ਆਦੋ ਬੇਟਾ ਮੈਨੇ ਫੇਰ ਇੱਕ ਵਲੀ ਮੇਂ ਭਜਾਨਾ ਰਾਤ ਕੋ ਮਿਸ ਹੀ ਨਾ ਨਾ ਹੋ ਜਾਏ